ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਤੇ ਬਾਦ ਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਦੀਆਂ ਸਾਰੀਆਂ ਸੜਕਾਂ ਕੀਤੀਆਂ ਜਾਣਗੀਆਂ 18 ਫੁੱਟੀਆਂ ਚੌੜੀਆਂ ਭਗਵੰਤ ਮਾਨ ਤਾਂ ਦੋਸਤੋ ਪੰਜਾਬ ਦੇ ਅੰਦਰ ਸਾਰੀਆਂ ਸੜਕਾਂ ਨੂੰ ਚੌੜਾ ਕਰਕੇ 18 ਫੁੱਟ ਕੀਤਾ ਜਾਵੇਗਾ ਤੇ ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੋਂ ਨੇੜਲੇ ਪਿੰਡ ਕੋਖਰਾ ਕਲਾਂ ਵਿਖੇ ਆਪਣੀ ਭੂਆ ਜਸਵੰਤ ਕੌਰ ਦੇ ਘਰ ਫਫੜ ਜੱਗਰ ਸਿੰਘ ਦਾ ਪਤਾ ਲੈਣ ਸਮੇਂ ਪਰਿਵਾਰ ਦੇ ਨਾਲ ਮਿਲਣ ਦੇ ਅਪਰਾਹੰਤ ਗੱਲਬਾਤ ਕਰਦਿਆਂ ਸਾਂਝੇ ਕੀਤੇ ਇਸ ਸਮੇਂ ਪਿੰਡ ਵਾਸੀਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਜਿੱਥੇ ਖਰੀਦਾ ਕੇਂਦਰ ਦਾ ਫੜ ਉੱਚਾ ਕਰਨ ਦੀ ਮੰਗ ਕੀਤੀ। ਉਥੇ ਪਿੰਡ ਦੇ ਫਰਨੀ ਪੱਕੇ ਕਰਨ, ਖੋਖਰ ਤੋਂ ਨੰਗਲਾਂ, ਖੋਖਰ ਤੋਂ ਗੰਡੂਆ ਤੇ ਖੋਖਰ ਤੋਂ ਚੰਗਾਲੀ ਵਾਲਾ ਨੂੰ ਜੋੜਨਾ, ਵਾਲੀਆਂ ਸੜਕਾ ਬਣਾਉਣ ਦੀ ਮੰਗ ਕੀਤੀ ਹੈ। ਅਗਲੀ ਖਬਰਾਂ ਕਣਕ ਦੇ ਨਾੜ ਨੂੰ ਲਗਾਈ ਅੱਗ ਨੇ ਕੋਠੀ ਨੂੰ ਲਿਆ ਆਪਣੀ ਲਪੇਟ ਵਿੱਚ। ਤਾਂ ਦੋਸਤੋ ਤਹਿਸੀਲ ਅੱਜ ਨਾਲਾ ਦੇ ਅਧੀਨ ਪਿੰਡਾ ਨੇਪਾਲ ਵਿਖੇ ਕੱਲ ਪਿੰਡ ਦੇ ਇੱਕ ਕਿਸਾਨ ਦੇ ਬੋਲ ਆਪਣੀ ਜ਼ਮੀਨ ਦੇ ਕਣਕ ਦੇ ਨਾੜ ਨੂੰ ਆਗ ਲਗਾਈ ਗਈ ਤਾਂ ਉਸ ਆਗ ਦੇ ਲਪੇਟ ਵਿੱਚ ਆ ਪਿੰਡ ਦੇ ਗੋਪਾਲ ਸਿੰਘ ਦੇ ਖੇਤਾਂ ਵਿੱਚ ਬਣੀ ਕੋਠੀ ਆਗ ਦੇ ਲਪੇਟ ਵਿੱਚ ਆਉਣ ਦੇ ਕਾਰਨ ਗੋਦਾਮ ਦੇ ਵਿੱਚ ਪਈ 20 ਟਰਾਲੀਆਂ ਤੋੜੇ ਅਤੇ ਘਰ ਵਿੱਚ ਰੱਖੇ ਕੋਈ 2 ਲੱਖ ਰੁਪਏ ਅਤੇ ਹੋਰ ਕੀਮਤੀ ਸਮਾਨ ਸੜ ਕੇ ਸਬਾਹ ਹੋ ਗਿਆ ਅਤੇ ਕੋਠੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੀ ਵਾਲੇ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਮਰਸਰ ਦੇ ਬੱਸ ਸਟੈਂਡ ਨੇੜੇ ਸਿਟੀ ਸੈਂਟਰ ਦੇ ਵਿੱਚ ਆ ਬੱਸ ਨੂੰ ਲੱਗੀ ਭਿਆਨਕ ਅੱਗ ਤਾਂ ਦੋਸਤੋ ਅਮਰਸਰ ਦੇ ਬੱਸ ਸਟੈਂਡ ਨੇੜੇ ਸਿਟੀ ਸੈਂਟਰ ਦੇ ਵਿੱਚ ਇੱਕ ਬੱਸ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਅੱਗ ਲੱਗਣ ਦੇ ਕਾਰਨ ਬੱਸ ਬੁਰੀ ਤਰ੍ਹਾਂ ਦੇ ਨਾਲ ਸੜਕੇ 'ਸੁਬਾਹ ਹੋ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੇ ਫਾਇਰ ਬਰਗੇਡ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆ ਪੁਲਿਸ ਅਧਿਕਾਰੀ ਨੇ। ਦੱਸਿਆ ਹੈ ਕਿ ਇਹ ਪ੍ਰੈਂਸਾ ਟਰਾਂਸਪੋਰਟਾਂ ਦੀ ਬੱਸ ਪਿਛਲੇ 3 ਤੋਂ 4 ਸਾਲਾਂ ਤੋਂ ਇੱਥੇ ਖੜੀ ਸੀ ਨੇੜੇ ਹੀ। ਕਾਫੀ ਕੂੜਾ ਪਿਆ ਸੀ ਜਿਸ ਨੂੰ ਕਿਸੇ ਨੇ ਅੱਗ ਲਗਾ ਦਿੱਤੀ। ਹਵਾ ਦਾ ਰੁਕਾ ਬੱਸ ਵਾਲ ਹੁੰਦੇ ਕਾਰਨ ਬੱਸ ਨੂੰ ਵੀ ਅੱਗ ਲੱਗ ਗਈ ਅਤੇ ਕਾਝੇ ਪਲਾਂ ਦੇ ਵਿੱਚ ਬੱਸ ਸੜਕੇ ਸੁਬਾਹ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਾਇਰ ਅਬਰਗੇਡ ਦੀ ਗੱਡੀ ਵੀ ਮੌਕੇ ਤੇ ਪਹੁੰਚ ਗਈ ਸੀ ਜਿਸ ਦੇ ਕਾਰਨ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸ਼ਾਮਲਾਤ ਜ਼ਮੀਨਾਂ ਤੋਂ ਨਜਾਇਜ਼ ਜ਼ਕਾਬ ਜੀ ਛਡਵਾਉਣ ਲਈ ਮਹਿੰਮ ਨੂੰ ਹੋਰ ਤੇਜ਼ ਕਰਨ ਦੇ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਜਿਆਂ ਨੂੰ ਉਸ ਤੋਂ ਵੱਡੀ ਖਬਰ ਆ ਚੁੱਕੀ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤ ਤੇ ਜ਼ਮੀਨਾਂ ਤੇ ਸ਼ਾਮਲਾਤਾਂ ਤੋਂ ਨਜਾਇਜ਼ ਜ਼ਕਾਬ ਜੀ ਛਡਵਾਉਣ ਦੇ ਲਈ ਆਰੰਭਿਕ ਬਸ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪਟਿਆਲਾ ਡਿਵੀਜ਼ਨ ਅਧੀਨ ਆਉਂਦੇ 8 ਜ਼ਿਲ੍ਹਿਆਂ ਦੇ ਡੀਡੀ ਪੀਓਜ ਅਤੇ ਬੀਡੀ ਪੀਓਜ ਨੂੰ ਮੱਖ ਮੰਤਰੀ ਭਗਵੰਤ ਮਾਨ ਅਤੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਆੜੀਬਾਲ ਦੇ ਦਸਨਰ ਦੇਸਾਂ ਤੋਂ ਜਾਣੂ ਕਰਵਾਇਆ ਗਿਆ ਇਸ ਮੀਟਿੰਗ ਦੇ ਪ੍ਰਧਾਨਗੀ ਕਰਦੇ ਵਿਭਾਗ ਦੇ ਸੰਯੁਕਤ ਡਾਇਰੈਕਟਰ ਮਹਾਲੀ ਜਗਵਿੰਦਰ ਅਜੀਤ ਸਿੰਘ ਸੰਧੂ ਨੇ ਦੱਸਿਆ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਸਰਕਾਰ ਦੇ ਵੱਲੋਂ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਦੂਰ ਕਰਵਾਉਣ ਦੇ ਲਈ ਅਰੰਭੇ ਮੁਹਿੰਮ ਦੇ ਦੌਰਾਨ ਪੰਜਾਬ ਦੀ ਤਕਰੀਬਨ 9500 ਏਕੜਾਂ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਦੂਰ ਕਰਵਾਏ ਗਏ ਸਨ ਪਰੰਤੂ ਹਾਲੇ ਵੀ ਕਈ ਜ਼ਿਲ੍ਹਿਆਂ ਦੇ ਵਿਖੇ ਬਹੁਤ ਸਾਰੀਆਂ ਸ਼ਾਮਲਾਤ ਜ਼ਮੀਨਾਂ ਦੇ ਉੱਪਰ ਲੋਕਾਂ ਦੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਉਹਨਾਂ ਨੂੰ ਛਡਵਾਉਣ ਦੇ ਲਈ ਇਹ ਤਿੰਨ ਮੈਂਬਰੀ ਕਮੇਟੀ ਗਾਠ ਤੱਕ ਕੀਤੀ ਗਈ ਹੈ ਅਗਲੀ ਵੱਡੀ ਖਬਰ ਹੈ ਅਗਲੇ ਮਹੀਨੇ ਅਮਰੀਕਾ ਜਾਣਗੇ ਪੀਐਮ ਮੋਦੀ ਰਾਸ਼ਟਰਪਤੀ ਬਾਈਡਨ ਵਾਈਟ ਹਾਊਸ ਆ ਬੇਚ ਕਰਨਗੇ ਮੇਜਬਾਨੀ ਤਾਂ ਦੋਸਤੋ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ 22 ਜੂਨ ਅਮਰੀਕਾ ਦੇ ਆਪਣੇ ਅਧਿਕਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜਬਾਨੀ ਕਰਨਗੇ ਤੇ ਵਾਈਟ ਹਾਊਸ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ ਦੇ ਵਿੱਚ ਸਟੇਟ ਅਡਨਰ ਦਾ ਆਯੋਜਨ ਵੀ ਕੀਤਾ ਜਾਵੇਗਾ ਤੇ ਵਾਈਟ ਹਾਊਸ ਦੇ ਪ੍ਰੈਸ ਸਖਤਰ ਕੇ ਜੀਨਾ ਪੀਰੇ ਨੇ ਯਾਤਰਾ ਦੀ ਘੋਸ਼ਣਾ ਕਰਦਿਆਂ ਇੱਕ ਵੱਡਾ ਬਿਆਨ ਜਾਰੀ ਕੀਤਾ ਬਿਆਨ ਦੇ ਵਿੱਚ ਕਿਹਾ ਗਿਆ ਕਿ ਆਗਾਮੀ ਦੌਰਾਨ ਅਮਰੀਕਾ ਤੇ ਭਾਰਤ ਵਿਚਾਲੇ ਡੂੰਗੀ ਤੇ ਨਜ਼ਦੀਕੀ ਸਾਂਝੇਦਾਰੀ ਨੂੰ ਹੋਰ ਅਗੂੜਾ ਕਰੇਗਾ ਤੇ ਨਾਲ ਹੀ ਉਹਨਾਂ ਨੇ ਨਿੱਗੇ ਸਬੰਧਾਂ ਨੂੰ ਮਜ਼ਬੂਤ ਕਰੇਗਾ ਜੋ ਕਿ ਅਮਰੀਕੀਆਂ ਤੇ ਭਾਰਤਿਆਂ ਨੂੰ ਜੋੜਨ ਬਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੇ ਪ੍ਰਯਸ ਸਸਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਮਕਤ ਖੁੱਲੇ ਖੁਸ਼ਹਾਲਤ ਸੁਰੱਖਿਅਤ ਇੰਡੋ ਪੈਸੀਫਿਕਾ ਕੇ ਤਰ੍ਹਾਂ ਦਲੇ ਦੋਹਾ ਦੇਸ਼ਾਂ ਦੇ ਸਾਂਝੇ ਬਚਨਾਂ ਬਾਦਤਾ ਨੂੰ ਹੋਰ ਮਜ਼ਬੂਤ ਕਰੇਗੀ ਤੇ ਰੱਖਿਆ ਸੁਭਾਸ਼ ਊਰਜਾ ਤੇ ਪੁਲਾੜ ਆਦ ਵਿੱਚ ਰਣਨੀਤਕ ਟੈਕਨੋਲੋਜੀ ਪਾਈ ਵਾਲੀ ਨੂੰ ਵਧਾਉਣ ਦਾ ਸੰਕਲਪ ਕਰੇਗੀ ਤੇ ਉਹਨਾਂ ਦਾ ਕਹਿਣਾ ਕਿ ਦੋਵੇਂ ਆਗੋ ਸਕਾ ਖੇਤਰ ਨੂੰ ਅੱਗੇ ਲਿਜਾਣ ਦੇ ਤਰੀਕੇ ਅਤੇ ਲੋਕਾਂ ਦੇ ਨਾਲ ਸਬੰਧਾਂ ਬਾਰੇ ਵੀ ਚਰਚਾ ਕਰਨਗੇ। ਅਗਲੀ ਵੱਡੀ ਖਬਰ ਆਪਨੀ ਸਪਸ਼ਟ ਹਾਰ ਦੇ ਡਰੋਂ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਕੀਤੀ ਉਲੰਘਣਾ ਰਾਜਾ ਬੜਿੰਗਾ। ਤਾਂ ਦੋਸਤੋ ਆਮ ਆਦਮੀ ਪਾਰਟੀ ਦੇ ਦੂਜੇ ਹਲਕੇ ਦੇ ਵਿਧਾਇਕਾਂ ਤੇ ਜਲੰਧਰ ਵਿੱਚ ਮੌਜੂਦਗੀ ਦੀ ਨਿੰਦਾ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਵੱਧਵਾਰ ਨੂੰ ਜਲੰਧਰ ਦੇ ਵਿੱਚ ਆਬੂਥਾਂ ਦੇ ਨੇੜੇ ਦੇਖੇ ਗਏ ਆਪ ਆਗੂਆਂ ਦੇ ਖਿਲਾਫ ਸ਼ਿਕਾਇਤ ਅਰਜ ਕਰਵਾਈ ਕਾਂਗਰਸ ਸੁਭਾ ਪ੍ਰਧਾਨ ਨੇ ਕਿ ਆਪ ਭਾਰਤ ਦੇ ਚੋਣ ਕਮਿਸ਼ਨ ਦੇ ਦੇਸ਼ ਨਿਰਦੇਸ਼ਾਂ ਦੀ ਉਲੰਘਣਾ ਕਰੀ ਹੈ ਜੋ ਕਿ ਦੂਜੇ ਹਲਕਿਆਂ ਦੇ ਨੀਤਾਮਾਂ ਨੂੰ ਚੋਣ ਹਲਕਿਆਂ ਦੇ ਵਿੱਚ ਚੋਣਾ ਡਿਊਟੀ ਤੋਂ ਰੋਕਦਾ ਹੈ ਤੇ ਉਹਨਾਂ ਦਾ ਕਹਿਣਾ ਕਿ ਸਤਾਤਰੀ ਪੰਜਾਬ ਸਰਕਾਰ ਨੇ ਜਲੰਧਰ ਉਪ ਚੋਣਦਲ ਇਹ ਆਪਣੇ ਆਗੂਆਂ ਤੇ ਉਹਨਾਂ ਦੇ ਗਸ਼ਤ ਕਰਨ ਵਾਲੇ ਵਾਹਨ ਤੈਨਾਤ ਕੀਤੇ ਗਏ ਹਨ ਜੋ ਕੇ ਗੈਰ ਕਾਨੂੰਨੀ ਹਨ ਅਗਲੀ ਖਬਰ 700 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਛੱਡਣ ਦਾ ਵੱਡਾ ਹੁਕਮ ਜੀ ਆਹ ਦੋਸਤੋ ਕੈਨੇਡਾ ਦੇ ਵਿੱਚ ਆਦੇਸ਼ ਨਕਾਲੇ ਦਾ ਸਾਹਮਣਾ ਕਰ ਰਹੇ 700 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਬਾਰਡਰ ਸਕਿਉਰਿਟੀ ਏਜੰਸੀ ਨੇ ਵੱਡਾ ਝਟਕਾ ਦਿੰਦਿਆ ਕੌਜੇ ਦਿਨਾਂ ਦੇ ਵਿੱਚ ਆਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਜਲੰਧਰ ਦੀ ਇੱਕ ਏਜੰਸੀ ਦੇ ਵੱਲੋਂ ਕੀਤੀ ਗਈ ਧੋਖਾਧੜੀ ਦਾ ਸ਼ਿਕਾਰ ਹੋਏ ਇਨ੍ਹਾਂ ਵਿਦਿਆਰਥੀਆਂ ਦੇ ਦਾਸਤਾਵੇਜ਼ਾਂ ਫਰਜੀ ਪਾਏ ਜਾਣ ਦੇ ਮਾਮਲੇ ਵਿੱਚ ਆ ਕਨੇਡਾ ਦੇ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਅਗਲੀ ਵੱਡੀ ਖਬਰ ਹੁਣ ਇਸ ਜ਼ਿਲ੍ਹੇ ਵਿੱਚ ਸ੍ਰੀ ਗੋਟਕਾ ਸਾਹਿਬ ਦੀ ਹੋਈ ਬਿਆਦਬੀ। ਜਿਵੇਂ ਦੋਸਤੋ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੋਟਕਾ ਸਾਹਿਬ ਦੀ ਬਿਆਦਬੀਆਂ ਘਟਨਾਵਾਂ ਰੁਕੰਦਾ ਨਾ ਨਹੀਂ ਲੈ ਰਹੀਆਂ ਤੇ ਅਜਿਹੀ ਹੀ ਇੱਕ ਹੋਰ ਮੰਦ ਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਪਲਾਸ ਜ਼ਿਲ੍ਹਾ ਬਟਾਲਾ ਦੇ ਅਧੀਨ ਆ ਪੈਂਦੇ ਕਸਬਾ ਬਡਾਲਾਂ ਗ੍ਰੰਥੀਆਂ ਨੇੜੇ ਬਟਾਲਾ ਕਾਦੀਆਂ ਰੋਡ ਤੇ ਸਥਿਤ ਇੱਕ ਬੰਦ ਫਾਰਮ ਹਾਊਸ ਦੀਆਂ ਝਾੜੀਆਂ ਦੇ ਵਿੱਚ ਗਟਕਾ ਸਾਹਿਬਾ ਸਮੇਤ ਪੁੱਤੀ ਸਾਹਿਬ ਆਤੇ ਹੋਰਾਂ ਧਾਰਮਿਕਾ ਤਸਵੀਰਾਂ ਦੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬੰਦੇ ਪਤਾ ਲੱਗਦੇ ਮੌਕੇ ਤੇ ਪਹੁੰਚੇ ਦਮਦਮੀ ਟਕਸਾਲ ਅਜਨਾਲਾ ਦੇ ਆਗੂ ਅਰਵਿੰਦਰ ਸਿੰਘ ਅਤੇ ਕਰਮਵੀਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਗਟਕਾ ਸਾਹਿਬਾ ਧਾਰਮਿਕ ਤਸਵੀਰਾਂ ਅਤੇ ਪੁਥੀ ਸਾਹਿਬ ਬਾਂਦੇ ਝਾੜੀਆਂ ਵਿੱਚ ਪਏ ਹੰਤੇ ਬਟਾਲਾ ਕਾਦੀਆਂ ਰੋਡ ਤੇ ਸਥਿਤ ਟਾਲੀਬਾਲ ਫਾਰਮ ਆਊਸ ਕੋਲ ਆ ਪਏ ਹੰਤੇ ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਮੌਕੇ ਤੇ ਪਹੁੰਚ ਕੇ ਪੁਲਿਸ ਨੂੰ ਸੂਚਨਾ ਦਿੱਤਾ ਤਾ ਡੀਐਸਪੀ ਸਿਟੀ ਲਲਿਤ ਕੁਮਾਰ ਅਤੇ ਥਾਣਾ ਸੇਖਮਾ ਦੇ ਐਸਐਚਓ ਲਖਬਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਮੌਇਨਾ ਕਰਨ ਦੇ ਉਪਰੰਤ ਗੁਰਦੁਆਰਾ ਅੱਜ ਚਲਾ ਸਹਿਬਾ ਬਖੇ ਦਾਮਦਮੀ ਟਕਸਾਲ ਧਾਰਮਿਕ ਸੰਸਥਾ ਦੀ ਹਾਜ਼ਰੀ ਦੇ ਵਿੱਚ ਔਗਟਕਾ ਸਾਹਿਬ ਦੇ ਨਾਲ ਨਾਲ ਧਾਰਮਿਕ ਤਸਵੀਰਾਂ ਅਤੇ ਪੋਥੀ ਸਹਿਬਾ ਦਾ ਸ਼ੁਸ਼ੋਭੇਤਾ ਕੀਤਾ ਗਿਆ ਕਿਸਾਨਾਂ ਨੂੰ ਤੰਗ ਕਰਨਾ ਬੰਦ ਕਰੇ ਪ੍ਰਸ਼ਾਸਨ ਅਤੇ ਸਰਕਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਤੀ ਸਿੱਧੀ ਚੇਤਾਵਨੀ ਜੀ ਹਾਂ ਦੋਸਤੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਪੈਂਡਾ ਖਿਆਲਾ ਜ਼ਿਲ੍ਹਾ ਪਠਾਨਕੋਟ ਆ ਵਿੱਚ ਸੂਬਾ ਆਗੋ ਸਵੈਂਦਰਾ ਸਿੰਘ ਅਚਿਆ ਤਾਲਾ ਅਤੇ ਜੂਨ ਬਾਬਾ ਮਾਸਤੂ ਜੀ ਦੇ ਪ੍ਰਦਾਨ ਅਨੂਪ ਸਿੰਘ ਸੁਲਤਾਨੀ ਦੇ ਅਗਵਾਈ ਦੇ ਵਿੱਚ ਪਿੰਡ ਖਿਆਲਾ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ 10 ਪਿੰਡਾਂ ਨੇ ਹਿੱਸਾ ਲਿਆ ਤੇ ਆਪਣੀਆਂ ਮੁਸ਼ਕਲਾਂ ਦੱਸੀਆਂ ਜਿਸ ਵਿੱਚ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਰਾਜਨੀਤਿਕ ਲੋਕ ਕਿਸ ਤਰ੍ਹਾਂ ਉਹਨਾਂ ਦੇ ਨਾਲ ਧੱਕਾ ਕਰ ਰਹੇ ਹਨ ਪਿੰਡ ਘਰੋਟੇ ਦੇ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਨਹਿਰ ਦੇ ਵਿੱਚ ਪਾਣੀ ਛੱਡਿਆ ਜਾਂਦਾ ਜੋ ਕਿ ਕਿਸ ਟਾਈਮ ਖੇਤਾਂ ਨੂੰ ਪਾਣੀ ਲਾਉਣ ਦੇ ਲਈ ਛੱਡਿਆ ਗਿਆ ਸੁਹਾਸੀ ਅਤੇ ਪਾਣੀ ਦਾ बहाव ਜ਼ਿਆਦਾ ਹੋਣ ਦੇ ਕਾਰਨ ਇਸ ਨਹਿਰ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਤੇ ਪਾਣੀ ਨੇ ਸਾਰੀ ਖੇਤੀਬਾੜੀ ਜ਼ਮੀਨਾਂ ਖਰਾਬ ਕਰ ਦਿੱਤੀ ਹੈ ਜੋ ਦਰਿਆ ਦੇ ਵਿੱਚ ਆ ਗਿਆ ਤੇ ਜਿਸ ਕਾਰਨ ਤਕਰੀਬਨ 300 ਏਕੜ ਦੇ ਕਰੀਬਾ ਜ਼ਮੀਨਾਂ ਪਾਣੀ ਦੇ ਹੇਠ ਆ ਕੇ ਖਰਾਬ ਹੋ ਗਈਆਂ ਤੇ ਪਿੰਡ ਕਰੋਟੇ ਦੇ ਨਾਲ ਲੱਗਦੇ ਚਾਰ ਪਿੰਡ ਇਸ ਪਾਣੀ ਦੀ ਮਾਰ ਦੇ ਵਿੱਚ ਹਨ ਤੇ ਲੋਕਾਂ ਨੇ ਭਾਰਤ ਤੋਂ ਬਾਅਦ ਮੌਜੂਦੀ ਮੰਗ ਕੀਤੀ ਹੈ ਅਗਲੀ ਖਬਰ ਦਾ ਰੋਕ ਕਰਦੇ ਹਾਂ ਯੂਐਸਏ ਯੂਕੇ ਅਤੇ ਕੈਨੇਡਾ ਨੇ ਨਾਗਰਿਕਾਂ ਦੇ ਲਈ ਪਾਕਿਸਤਾਨ ਦੇ ਯਾਤਰਾ ਸੰਬੰਧੀ ਐਡਵਾਈਜ਼ਰੀ ਕੀਤੀ ਜਾਰੀ। ਜੀਹਾਂ ਦੋਸਤੋ ਸੰਯੁਕਤ ਰਾਜ ਅਮਰੀਕਾ ਯੂਨਾਈਟਿਡ ਕਿੰਗਡਮ ਅਤੇ ਕੈਨੇਡਾ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਅਸ਼ਾਂਤੀ ਦਾ ਹਵਾਲਾ ਦਿੰਦੇ ਹੋਏ ਆਪਣੇ ਨਾਗਰਿਕਾਂ ਦੇ ਲਈ ਨਵੀਂ ਯਾਤਰਾ ਸਲਾਹ ਜਾਰੀ ਕੀਤੀ ਹੈ। ਇਰ ਬਾਏ ਨਿਊਜ਼ਾ ਦੇ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਇਮਰਾਨ ਖਾਨ ਨੂੰ ਅਲ ਕਾਦਰ ਟਰੱਸਟ ਪਰਹਾਟਾਚਾਰ ਮਾਮਲੇ ਵਿੱਚ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਗ੍ਰਿਫਤਾਰ ਕੀਤਾ ਤੇ ਉਹਦੀ ਗ੍ਰਿਫਤਾਰੀ ਤੋਂ ਬਾਅਦ ਅਦੇਸਪਰ ਦੇ ਵਿੱਚ ਪੀਟੀਆਈ ਵਰਕਰ ਵਿਰੋਧਾ ਪ੍ਰਦਰਸ਼ਨ ਕਰ ਰਹੇ ਹਾਂ ਤੇ ਉਹਦੀ ਰਿਹਾਈ ਦੀ ਮੰਗ ਕਰ ਰਹੇ ਹਾਂ ਤੇ ਜਿਵੇਂ ਕਿ ਪਾਕਿਸਤਾਨ ਦੇ ਵੱਖ-ਵੱਖ ਸਨ ਵਿੱਚ ਵਿਰੋਧਾ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਹਨ ਅਮਰੀਕਾ ਕੈਨੇਡਾ ਅਤੇ ਯੂਕੇ ਨੇ ਆਪਣੇ ਨਾਗਰਿਕਾਂ ਅਤੇ ਡਿਪਲੋਮੈਟਿਕ ਸਟਾਫ ਲਈ ਯਾਤਰਾ ਸਲਾਹ ਜਾਰੀ ਕੀਤੀ ਹੈ ਉਹਨਾਂ ਨੂੰ ਕਹਿ ਕੇ ਅਮਰੀਕਾ ਕੈਨੇਡਾ ਅਤੇ ਯੂਕੇ ਦੇ ਜਿਹੜੇ ਆਪਣੇ ਸਥਾਈ ਨਾਗਰਕ ਹਨ ਉਹ ਪਾਕਿਸਤਾਨ ਦੀ ਯਾਤਰਾ ਨਾ ਕਰਨ ਹਰਿਆਣਾ ਵਿੱਚ ਨਵੀਂ ਆਵਕਾਰੀ ਨੀਤੀ ਮਨਜ਼ੂਰ ਹੈ ਸ਼ਰਾਬ 5% ਦੀ ਮਹਿੰਗੀ ਅਤੇ ਬੀਅਰ 10% ਦੀ ਸਸਤੀ ਤਾਂ ਦੋਸਤੋ ਵੱਡੀ ਖਬਰ ਆ ਚੁੱਕੀ ਹੈ ਹਰਿਆਣਾ ਵਿੱਚ ਸ਼ਰਾਬ 5% ਦੀ ਮਹਿੰਗੀ ਅਤੇ ਬੀਅਰ 10% ਦੀ ਸਸਤੀ ਹੋਵੇਗੀ ਹਰਿਆਣਾ ਦੀ ਨਵੀਂ ਆਬਕਾਰੀ ਨੀਤੀ ਨੂੰ ਮੰਗਲਵਾਰ ਨੂੰ ਹੋਈ ਕੈਬਨਿਟ ਮੀਟਿੰਗ ਨੇ ਮਨਜ਼ੂਰੀ ਦਿੱਤੀ ਗਈ ਇਸ ਦੇ ਤਹਿਤ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਰੇਟ ਕਰੀਬਾ 5% ਦੀ ਵਾਧਾ ਜਾਣਗੇ ਤੇ ਘਟ ਸਮਗਰੀ ਵਾਲੀ ਬੀਅਰ ਅਤੇ ਬਾਅਨ ਦੇ ਦਰ ਲਗਭਗ 10% ਦੀ ਘਟਾਈ ਜਾਵੇਗੀ ਸ਼ਰਾਬ ਦੇ ਠੇਕਿਆਂ ਦੀ ਗਿਣਤੀ 25% ਘਟਾ ਕੇ 2400 ਕੀਤੀ ਆਵੇਗੀ ਸ਼ਰਾਬ ਦੀਆਂ ਦੁਕਾਨਾਂ ਅਤੇ ਗੋਦਾਮਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਉਣਾ ਲਾਜ਼ਮੀ ਹੋਵੇਗਾ ਸ਼ਰਾਬ ਖਰੀਦਣਾ ਵਾਲੇ ਪੀਓਐਸ ਦਾ ਮਸ਼ੀਨ ਦੋ ਪਰਚੀ ਲੈਣੀ ਪਵੇਗੀ ਅਜਿਹਾ ਨਾ ਕਰਨ ਤੇ ਜੁਰਮਾਨਾ ਲਗਾਇਆ ਜਾਵੇਗਾ ਤੇ 10 ਗਲਤੀਆਂ ਤੋਂ ਬਾਅਦ 10000 ਰੁਪਏ ਪ੍ਰਤੀ ਗਲਤੀ ਅਤੇ 20 ਗਲਤੀਆਂ ਤੋਂ ਬਾਅਦ 20000 ਰੁਪਏ ਪ੍ਰਤੀ ਗਲਤੀ ਜੁਰਮਾਨਾ ਦੇਣਾ ਹੋਵੇਗਾ ਇਸ ਤੋਂ ਬਾਅਦ ਇਕਰਾਰਨਾਮਾ ਵੀ ਰੱਦ ਕੀਤਾ ਜਾ ਸਕਦਾ ਹੈ ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਦੇ ਪਵਿੱਤਰ ਖੇਤਰ ਅਤੇ ਪੰਜ ਕੁਲਾ ਦੇ ਵਿੱਚ ਕਿਸੇ ਵੀ ਗੁਰੂਕਲ ਦੇ ਨੇੜੇ ਠੇਕੇ ਨਹੀਂ ਖੁੱਲੇ ਜਾਣਗੇ ਪਹਿਲਾਂ ਇਹ ਵਿਵਸਥਾ ਕੇਵਲ ਕੰਨਿਆ ਗੁਰੂਕਲ ਦੇ ਲਈ ਸਿੱਪੰਡ ਵਿੱਚ ਠੇਕੇ ਨਹੀਂ ਖੁੱਲਣਗੇ 29 ਫਰਵਰੀ 2024 ਤੋਂ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਹੋਵੇਗੀ ਇਸ ਨੂੰ ਕੱਚ ਦੀ ਬੋਤਲ ਵਿੱਚ ਵੇਚਿਆ ਜਾਵੇਗਾ ਇਹਦਾ ਮਕਸਦ ਆ ਤਸਕਰੀ ਨੂੰ ਰੋਕਣਾ ਹੈ ਧੂਕਾ ਲਾਇਸੈਂਸ ਧਾਰਕ ਵੱਲੋਂ ਕਿਸੇ ਵੀ ਪਲੇਟਫਾਰਮ ਤੇ ਸ਼ਰਾਬ ਦਾ ਪ੍ਰਚਾਰ ਕਰਨ ਵਾਲੇ ਇਸ਼ਤਿਹਾਰਾਂ ਤੇ ਮੁਕੰਮਲ پابੰਦੀ ਹੋਵੇਗੀ ਤੇ ਆਪਾ ਮੁੱਖ ਮੰਤਰੀ ਦੋਜੰਤ ਚੋਟਾਲਾ ਦੇ ਅਨੁਸਾਰ ਆਪਕਾਰੀ ਮੰਾਲੀਆ 10000 ਕਰੋੜ ਰੁਪਏ ਤੋਂ ਉੱਪਰ ਲੈ ਜਾਣ ਦੀ ਕੋਸ਼ਿਸ਼ ਹੈ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਰਾਵਟ ਨਹੀਂ ਖਰੀਦਿਆ ਤਾ ਪਹਿ ਸਕਦਾ ਪਛਤਾਉਣਾ ਤਾਂ ਦੋਸਤੋ ਵੱਡੀ ਖਬਰ ਆ ਚੁੱਕੀ ਹੈ ਦਿੱਲੀ ਦੇ ਸਰਾਫਾ ਬਾਜ਼ਾਰਾਂ ਦੇ ਵਿੱਚ ਇਨੇ ਦਿਨੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਕਾਫੀ ਉਤਰਾ ਚੜ੍ਹਾ ਦੇਖਣ ਨੂੰ ਮਰਿਆ ਤੇ ਗਾਹਕਾਂ ਦੇ ਚਿਹਰਿਆਂ ਤੇ ਪੂਰੀ ਤਰ੍ਹਾਂ ਦੇ ਨਾਲ ਨਿਰਾਸ਼ਾ ਝਲਕ ਰਹੀ ਆ ਤੇ ਹੁਣ ਤੁਸੀਂ ਜੇ ਸੋਨਾ ਜਲਦੀ ਨਾ ਖਰੀਦਿਆ ਤਾਂ ਫਿਰ ਤੁਹਾਨੂੰ ਅਫਸੋਸ ਕਰਨਾ ਪਵੇਗਾ ਜੋ ਤੁਹਾਡੇ ਲਈ ਬਹੁਤ ਹੀ ਸੁਨਾਰਾ ਮੌਕਾ ਹੈ ਸੋਨਾ ਇਨੇ ਦਿਨੀ ਆਪਣੇ ਹਾਈ ਲੈਵਲ ਰੇਟ ਤੋਂ ਕਰੀਬ 600 ਰੁਪਏ ਸਸਤੇ ਵਿੱਚ ਜਾਂ ਵੈਕਰਿਆ ਤੇ ਜੋ ਤੁਹਾਡੇ ਲਈ ਵਧੀਆ ਮੌਕਾ ਹੈ ਕਿਸਾਨਾਂ ਦੇ ਖਾਤਿਆਂ ਵਿੱਚ 1260.753 ਕਰੋੜ ਰੁਪਏ ਦੀ ਅਦਾਇਗੀ ਜੀ ਹਾਂ ਦੋਸਤੋ ਬਟਾਲਾ ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਸਮੂੱਚੀ ਖਰੀਦ ਪ੍ਰਕਿਰਿਆ ਸਚਾਰੂ ਢੰਗ ਦੇ ਨਾਲ ਚੱਲ ਰਹੀ ਹੈ ਤੇ ਜ਼ਿਲ੍ਹੇ ਦੇ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ 1260.753 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜੋ ਕਿ 96% ਦੀ ਬੰਦੀਆ ਕੁਲਜੀਤ ਸਿੰਘ ਜ਼ਿਲ੍ਹਾ ਮੰਡੀ ਆਫਸਰ ਗੁਰਦਾਸਪੁਰ ਨੇ ਜਾਣਕਾਰ ਦੰਦਿਆਂ ਦੱਸਿਆ ਹੈ ਕਿ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਅਤੇ ਚੁਕਾਈ ਪ੍ਰਕਿਰਿਆ ਨਿਰਵਿਘਨ ਜਾਰੀ ਹੈ ਮੰਡਿਆਂ ਦੇ ਵਿੱਚੋਂ 76% ਫਸਲ ਦੀ ਚੁਕਾਈ ਕੀਤੀ ਜਾ ਚੁੱਕਿਆ ਤੇ ਚੁਕਾਈ ਦੇ ਵਿੱਚ ਹੋਰ ਹੈ ਤੇਜ਼ੀ ਜਿਹੜੀ ਲਿਆਂਦੀ ਜਾਵੇਗੀ